ਉੱਚੋਂ ਕੇ ਵਿੱਚ ਬਿਠਾਣਗੇ ਕੁੱਤਿਆਂ ਨੂੰ। ਐਸਾ ਸਮੇਂ ਆਣਾ ਕਿ ਚੌਂਕੇ ਵਿੱਚ ਬਿਠਾਣਗੇ ਕੁੱਤਿਆਂ ਨੂੰ ਤੇ ਸੇਵਾਦਾਰ ਨਾ ਰਹਿਣਗੇ ਗਾਈਆਂ ਦੇ। ਭਾਈ ਭਾਈ ਦਾ ਆਪਸ ਚ ਬੈਰ ਪਈ ਸੀ ਕਿ ਭਾਈ ਭਾਈ ਦਾ ਆਪਸ ਚ ਬੈਰ ਪਈ ਸੀ ਤੇ ਬਲ ਛੀਨ ਹੋ ਜਾਣਗੇ ਬਾਈਆਂ ਦੇ। ਬਲ ਛੀਨ ਹੋ ਜਾਣਗੇ ਬਾਈਆਂ ਦੇ, ਭਾਵੇਂ ਜੇ ਜ਼ੋਰ ਨਹੀਂ ਲਾਉਣਾ। 25-25 ਸਾਲ ਦੇ ਜਵਾਨ ਅੱਜ ਕੱਲ੍ਹ ਆਖਦੇ ਲੱਕ ਪੀੜ ਹੋ ਜਾਂਦੀ ਹੈ। 25 ਸਾਲ ਦਾ ਜਵਾਨ ਆਖਦਾ ਲੱਕ। ਭਾਈ ਭਾਈ ਦਾ ਆਪਸ ਚ ਬੈਰ ਪੈਸੀ ਬਲ ਛੀਨ ਹੋ ਜਾਣਗੇ ਭਾਈਆਂ ਦੇ। ਬੈਦ ਹਕੀਮ ਨਾ ਜਗ ਤੇ ਕੋਈ ਰਹਿਸੀ ਤੇ ਉੱਡ ਜਾਣਗੇ ਅਸਰ ਦਵਾਈਆਂ ਦੇ। ਔਰ ਸਾਹਿਬ ਬੜਾ ਕੋਰਾ ਕੋਰਾ ਆਖਿਆ ਕਾਲੀਦਾਸ ਜੀ, ਘਰ ਵਿੱਚ ਪਦਮਨੀ ਨਾਰ ਹੋ ਸੀ ਤੇ ਟਿਚਰਾਂ ਕਰ ਸਨ ਨਾਲ ਪਰਾਈਆਂ ਦੇ। ਸਮੇਂ ਕੋਲ ਕਾਲੀਦਾਸਾ ਭਗਵਾਨ ਅਵਤਾਰ ਲੈ ਸੀ ਤੇ ਬੇਲੇ ਆਮ ਸਨ ਫੇਰ ਪਲਾਈਆਂ ਦੇ।